ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਆ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਸੁੱਤਾ ਉੱਠਿਆ, ਅਜੇ ਫਰੈਸ਼ ਹੋਣਾ ਵਾ, ਫਰੈਸ਼ ਹੋ ਕੇ ਨਾ ਅਤੇ ਥਾਣੇ ਜਾਣਾ। ਮਿਸਤਰੀ ਅੱਜ ਫਿਰ ਨਹੀਂ ਆਏ ਗੇੜਾ ਕਰਾ ਕੇ, ਕੁੜੀ ਹੋਵੇ ਤਾਂ ਰੋਜ਼ ਹੀ ਗੇੜਾ ਕਰਾ ਦਿੰਦੇ ਆ। ਅੱਜ ਮੈਂ ਜਾਣਾ ਥਾਣੇ, ਥਾਣਿਓਂ ਵਾਪਸੀ ਆਪਣੇ ਪੁਰਾਣੇ ਮੁਹੱਲੇ 'ਚ ਜਾਵਾਂਗਾ ਅਤੇ ਉੱਥੋਂ ਨਾ ਕਿਸੇ ਨੂੰ ਦੇਖ ਕੇ ਅਤੇ ਅੱਜ ਕਹਿ ਕੇ ਆਪਣਾ ਨੰਬਰ ਦੇ ਕੇ ਆਵਾਂਗਾ ਕਿ ਭਾਈ ਕੱਲ੍ਹ ਨੂੰ ਆਓ। ਇਸ ਮਿਸਤਰੀ ਨੂੰ ਨਹੀਂ ਮੈਂ ਹੁਣ ਕਹਿਣਾ ਹੈ, ਇਹਨੂੰ ਮੈਂ ਬਹੁਤ ਕਹਿ ਕਹਿ ਦੇਖ ਲਿਆ, 10 ਦਿਨ 15 ਦਿਨ, ਈਦ ਤੋਂ ਬਾਅਦ ਵੀ 4 ਦਿਨ ਇੱਦਾਂ ਹੀ ਲੰਘ ਗਏ, ਈਦ ਤੋਂ ਪਹਿਲੇ 10 ਦਿਨ ਹੋ ਗਏ ਗੇੜੇ ਕਰਾਉਣ ਦਿਆ, ਮੇਰਾ ਮਹੀਨਾ ਇਹਨੇ ਇੱਦਾਂ ਹੀ ਜ਼ਾਇਆ ਕਰ ਛੱਡਿਆ। ਥਾਣੇ ਉਹ ਰਾਤੀ ਆਈ ਸੀ ਕਾਲ ਕੇ ਈਦ ਲੰਘ ਗਈ ਆ, ਤੁਸੀਂ ਗੇੜਾ ਨਹੀਂ ਲਾਇਆ, ਕੇਸ ਦਾ ਕੀ ਬਣਿਆ? ਪੁੱਛਣ ਦੇ ਸੀ ਕੇਸ ਦਾ, ਮੈਂ ਕਿਹਾ ਕੁਛ ਵੀ ਨਹੀਂ ਬਣਿਆ, ਕੇਸ ਦਾ ਅਸੀਂ ਕੁਛ ਬਣਾਉਣਾ, ਤੁਸੀਂ ਬਣਾਉਣਾ ਵਾ, ਅਤੇ ਜਿਨ੍ਹਾਂ ਦਾ ਕੋਈ ਮਾਮਲਾ ਵਾ ਉਹ ਤਾਂ ਹੱਥ ਨਹੀਂ ਫੜਾਉਂਦੇ ਆ, ਦੱਸੋ ਤੁਸੀਂ। ਚਲੋ ਠੀਕ ਆ, ਫਿਰ ਤੁਸੀਂ ਸੁਬਾਹ ਥਾਣੇ ਲਾਇਓ ਚੱਕਰ, ਹੁਣ ਜਾਵਾਂਗੇ ਥੋੜ੍ਹੀ ਦੇਰ ਤੱਕ, ਦੇਖਦੇ ਹਾਂ ਜਾ ਕੇ ਕੀ ਕਹਿੰਦੇ ਆ। ਬਾਕੀ ਰਾਣੀ ਨੂੰ ਮੈਂ ਕਾਲ ਕਰਨ ਦਿਆਂ, ਰਾਣੀ ਨੂੰ ਵੀ ਲੱਭਣਾ ਜਾਂਦਿਆਂ ਨੂੰ ਲੈ ਕੇ ਜਾਣਾ ਜੇ ਉਹ ਲੱਭ ਗਿਆ ਤੇ। ਫਾਈਨਲੀ ਜੀ ਰੈਡੀ ਹੋ ਗਏ ਹਾਂ, ਹੁਣ ਆਪਾਂ ਚੱਲੇ ਹਾਂ ਥਾਣੇ। ਫਰਾਰੀ ਆਪਣੀ ਕੱਢ ਕੇ ਇਹਨੂੰ ਕੱਪੜਾ ਛੱਪੜਾ ਮਾਰਤਾ ਵਾ, ਅਬਦੁੱਲਾ ਨੇ ਵੀ ਆਪਣੀ ਫਰਾਰੀ ਨੂੰ ਅੱਜ ਧੋ ਲਿਆ, ਰੇਸਾਂ ਦੇਣ ਦਿਆ ਸੀ ਅੰਦਰ ਬੈਠਾ, ਬਾਹਰ ਆਇਆ ਅਤੇ ਹੁਣ ਮੈਂ ਦੇਖਿਆ ਮੋਟਰਸਾਈਕਲ ਉਹਨੇ ਧੋ ਧੁ ਕੇ ਬਾਹਰ ਕੱਢ ਲਿਆ। ਮੋਬਾਈਲ ਲੈ ਲਿਆ ਮੈਂ ਨਾਲ, ਆਪਣਾ ਫੋਨ ਆਇਆ ਸੀਗਾ, ਕਜ਼ਨ ਇੱਕ ਆਇਆ ਇੱਥੇ ਫੈਸਲਾਬਾਦ ਹੀ, ਜਾਂਦਿਆਂ ਨੂੰ ਫੜਾ ਲੈਣਾ, ਇੱਧਰ ਮਾਮੂ ਵੱਲ ਹੀ ਆਇਆ, ਜਾਂਦਿਆਂ ਨੂੰ ਫੜਾ ਕੇ ਚੱਲ ਜਾਣਾ। ਰਾਣੇ ਦੇ ਬੂਹੇ 'ਤੇ ਆ ਗਿਆ, ਨੰਬਰ ਉਹਦਾ ਬੰਦ ਜਾਣ ਦਿਆ, ਖੜਕਾ ਕੇ ਆਇਆ, ਦੇਖੋ ਕੌਣ ਆਉਂਦਾ। ਮੋਬਾਈਲ ਫੜਾਇਆ ਆਉਂਦਾ ਮਾਮੂ ਵੱਲ, ਰਾਣਿਆਂ ਦਾ ਬੂਹਾ ਖੜਕਾਇਆ, ਬੂਹਾ ਕੋਈ ਨਹੀਂ ਖੋਲ੍ਹਣ ਦਿਆ, ਘਰ ਵੀ ਮੈਨੂੰ ਲੱਗਦਾ ਹੋਣਾ ਕਿ ਨਹੀਂ ਹੋਣਾ, ਆਵਾਜ਼ ਪਿੱਛੋਂ ਭੈਣ ਮੇਰੀਆਂ ਖਲੋ ਜਾਂਦੀਆਂ, ਵਾਲ ਪਿੱਛੋਂ ਖਲੋ ਜਾਂਦੇ ਮੁਰਗੀ ਦੀਆਂ ਪੂੰਝਾਂ ਤਰ੍ਹਾਂ, ਪੂੰਝਾਂ ਤਰ੍ਹਾਂ, ਉਹ ਜਿੱਦਾਂ ਪੰਖ ਨਹੀਂ ਨਿਕਲੇ ਹੁੰਦੇ ਮੁਰਗੀ ਦੇ। ਕਹਾਂ ਹੈ ਸੀ, ਡਰ ਨਹੀਂ ਹੈ, ਦੇਖੋ ਉਸ ਤਰ੍ਹਾਂ ਬੱਚਾ ਹੋਇਆ ਸੀ ਅੰਦਰੋਂ ਵੀ, ਜਿੰਨੀ ਦਾ ਦੇਖ ਕੇ ਆਉਂਦਾ ਹੁਣ। ਰਾਣੇ ਵੱਲੋਂ ਤਾਂ ਗੇੜਾ ਹੀ ਆ, ਉਹ ਕਹਿੰਦੇ ਬਾਬਾ ਜਾਗ ਗਿਆ, ਮੁੰਡਾ ਦੋਸਤ ਇੱਕ ਹੋਰ ਟੱਕਰ ਗਿਆ, ਇਹਨੂੰ ਭਾਲਿਆ ਵਾ, ਆਪਾਂ ਹੁਣ ਚੱਲੇ ਸਿੱਧੇ ਥਾਣੇ, ਥਾਣੇ ਜਾਂਦੇ ਹਾਂ, ਫਿਰ ਵਾਪਸ ਹੀ ਆ ਕੇ ਰਾਣੇ ਨੂੰ ਟੱਕਰ ਲਾਂਗੇ, ਕੋਈ ਨਹੀਂ। ਫਾਈਨਲੀ ਜੀ ਥਾਣੇ ਪਹੁੰਚ ਆਏ ਹਾਂ, ਬੜਾ ਬੁਰਾ ਹਾਲ ਹੋਇਆ, ਪਹਿਲੇ ਇਹਨਾਂ ਨੂੰ ਸਹੀ ਕਰਦਾ ਅੰਦਰ, ਪਾ ਲੈਣਾ ਅੰਦਰ, ਹੈ ਕੋਈ ਖਾਨਾ ਇਹਨਾਂ ਦਾ, ਮੂੰਹ ਹੱਥ ਧੋ ਕੇ ਇੱਥੇ ਵਾਲ ਵੂਲ ਸਹੀ ਕਰਦੇ ਹਾਂ। ਥਾਣੇ ਦੇ ਹੁਣ ਅੰਦਰ ਜਾਵਾਂਗੇ, ਫਿਰ ਦੇਖਦੇ ਹਾਂ ਕੀ ਸੂਰਤ ਹਾਲ ਆ, ਜਾ ਕੇ ਅਤੇ ਫਿਰ ਕੰਡੀਸ਼ਨ ਵੇਖ ਕੇ ਅਤੇ ਮੈਂ ਤੁਹਾਨੂੰ ਦੱਸਦਾ ਕੀ ਕਹਿੰਦੇ ਆ ਕੀ ਨਹੀਂ। ਤਫਸ਼ੀਸ਼ੀ ਗਿਆ ਮੇਰਾ ਹਾਈ ਕੋਰਟ, ਅਤੇ ਉਹ ਕਹਿੰਦੇ ਕੱਲ੍ਹ ਨੂੰ ਜਾਂ ਪਰਸੋਂ ਨੂੰ ਲਾਇਓ ਚੱਕਰ, ਆਪਣਾ ਮੈਨੂੰ ਸ਼ੱਕ ਪੈਂਦਾ ਹੁਣ ਨਿਕਲਣਾ ਚਾਹੀਦਾ, ਕੱਲ੍ਹ ਜਾਂ ਪਰਸੋਂ ਫਿਰ ਆ ਜਾਵਾਂਗੇ, ਹੋਰ ਇੱਥੇ ਮੈਂ ਹੁਣ ਕੀ ਕਰਨਾ ਜਦੋਂ ਹੈ ਹੀ ਕੋਈ ਨਹੀਂ ਅੰਦਰ। ਯਾਰ ਲੰਬੇ ਹੀ ਰੱਫੜ 'ਚ ਫਸ ਗਿਆ ਮੈਂ, ਸਾਰਿਆਂ ਨੇ ਸਟੇਡੀਅਮ ਦਾ ਤਾਂ ਸੁਣਿਆ ਹੋਣਾ, ਮੈਂ ਲੰਘਣ ਦੇ ਰਿਹਾ ਸੀਗਾ, ਮੈਂ ਕਿਹਾ ਹੁਣ ਜਾਂਦੀ ਵਾਰ ਦੇ ਇੱਥੋਂ ਪੱਲੇ ਗੋਲ ਗੱਪੇ ਬੜੇ ਮਸ਼ਹੂਰ ਹੁੰਦੇ ਆ, ਉਹ ਚੱਜ ਕੋ ਖਾ ਲਈਏ, ਆਪਣਾ ਮੇਨ ਫੈਸਲਾਬਾਦ ਸਟੇਡੀਅਮ ਵਾਲਾ ਐਂਟਰੈਂਸ ਦਾ ਗੇਟ ਆ, ਅਖਬਾਰ ਸਟੇਡੀਅਮ ਦਾ, ਚਾਚੇ ਦੇ ਗੋਲ ਗੱਪੇ ਲਵਾ ਲਏ ਆ, ਹੁਣ ਟੇਸਟ ਕਰਕੇ ਵੇਖਦੇ ਕਿੱਦਾਂ ਦੇ ਆ। ਹਜੇ ਵੈਸੇ ਦੁਕਾਨਾਂ ਦੁਕਾਨਾਂ ਲੱਗੀਆਂ ਤਾਂ ਨਹੀਂ, ਮੈਂ ਤਾਂ ਟਾਈਮ ਨਾਲ ਹੀ ਆ ਗਿਆ ਸੀ, ਮੈਂ ਕਿਹਾ ਲੰਘਣ ਦੇ ਦਿਨਾਂ ਜਾਂਦੀ ਤਾਂ ਜਾਂਦੀ ਖਾ ਹੀ ਜਾਈਏ, ਸਿਖਰ ਦੁਪਹਿਰ ਚੱਲਣ ਦੇ ਹੀ ਹਲੇ ਤਾਂ, ਘਰੋਂ ਇਹਨੂੰ ਕੱਢ ਕੇ ਲਿਆਇਆ ਮੈਂ ਕਿਹਾ ਜਾਣਾ ਥਾਣੇ, ਆ ਤੇਰੀ ਵਾਰ ਤਾਂ ਹੋਇਆ ਭਾਈ, ਕੋਈ ਨਹੀਂ ਟੱਕਰਿਆ, ਜਾਂਦੇ ਆ ਜਿੱਦਾਂ ਗਏ ਉੱਦਾਂ ਹੀ ਵਾਕਫ, ਉੱਦਾਂ ਹੀ ਵਾਪਸ। ਲਓ ਉਸਤਾਦ ਜੀ ਖੱਟਾ ਵੀ ਦਿਓ, ਉਸਤਾਦ ਜੀ ਗੋਲ ਗੱਪੇ ਤਾਂ ਆ ਗਏ ਆ ਅਤੇ ਖੱਟਾ ਵੀ ਆ ਗਿਆ,
ਡਿਆ ਪਾ ਖੱਟਾ ਪੀ ਖੱਟਾ ਪੀ 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 ਤੈਨੂੰ ਕਿਸੇ ਨਾਲ ਕੀ ਤੇਰਾ ਠੰਡਾ ਹੋਵੇ ਜੀ। ਲਓ ਜੀ ਆਹ ਵਾ ਸਾਡਾ ਇਕਬਾਲ ਸਟੇਡੀਅਮ ਫੈਸਲਾਬਾਦ ਦਾ ਮਸ਼ਹੂਰ ਮਰੂਫ ਆ ਗੋਲ ਚੌਂਕ ਆ। ਤੁਹਾਨੂੰ ਸ਼ੁਗਲ ਦੀ ਗੱਲ ਦੱਸਾਂ, ਮੈਂ ਚਾਚੇ ਕੋਲੋਂ ਤਾਂ ਉੱਠ ਕੇ ਆ ਗਿਆ ਵਾਂ, ਰੁਪਈਏ 250 ਦੀ ਉਹਨੇ ਪਲੇਟ ਦਿੱਤੀ ਆ, ਅਤੇ ਅੱਲਾ ਬਿਹਤਰ ਜਾਣਦਾ ਵਾ ਜ਼ਰਾ ਵੀ ਸਵਾਦ ਦੀ ਕੋਈ ਨਹੀਂ ਸੀ। ਮੈਂ ਕਿਹਾ ਉਹਦੇ ਲਾਗੇ ਬਹਿ ਕੇ ਇੰਨੀ ਗੱਲ ਕੀਤੀ ਤਾਂ ਚਾਚੇ ਨੇ ਕਰ ਜਿਹੜਾ ਗੁੱਸਾ ਹੈ, ਔਰ ਜੇ ਵੀਡੀਓ ਚਾਚੇ ਤੱਕ ਪਹੁੰਚ ਗਈ ਨਾ ਤਾਂ ਚਾਚੇ ਨੂੰ ਕਿਹਾ ਕਿ ਚਾਚਾ ਗੁੱਸਾ ਨਾ ਕਰ, ਆਪਣਾ ਮਿਆਰ ਬਿਹਤਰ ਕਰ, ਪਲੇਟ ਤੂੰ ਪੈਸੇ ਉਨੇ ਹੀ ਲੈਣ ਦੇ ਜਿੰਨੇ ਬਾਕੀ ਸਾਰੇ ਲੈਂਦੇ ਨੇ, ਅਤੇ ਪਰ ਹੈ ਕਿਸੇ ਕੰਮ ਦੀ ਨਹੀਂ। ਆ ਇੱਧਰ ਵਾਲੇ ਪਾਸੇ ਸਿੰਧ ਬਾਗ, ਆ ਸਿੰਧ ਬਾਗ ਆ, ਆ ਇੱਧਰ ਸਟੇਡੀਅਮ ਆ, ਆ ਗੋਲ ਚੌਂਕ ਆ, ਅਤੇ ਆ ਅੱਲਾ ਦੀ ਮਿਹਰਬਾਨੀ ਨਾਲ ਸੀਗੇ ਸਿੰਧ ਬਾਗ ਆਨਲਾਈਨ ਉੱਧਰ ਆ, ਇੱਥੋਂ ਬਾਹਰ ਹੋ ਜਾਣਾ। ਨੂਰਪੁਰ ਸਟਾਪ 'ਤੇ ਖੜ੍ਹਾ ਵਾ, ਆਪਣਾ ਭਾਈ ਸ਼ਬੀਰ ਨੇ ਦਿੱਤੇ ਸੀ ਥੋੜ੍ਹੇ ਜਿਹੇ ਪੈਸੇ, ਜਾਇਜ਼ ਕੈਸ਼ ਕਰਾਉਣੇ ਸੀ ਕਿਸੇ ਦੇ ਅਕਾਊਂਟ 'ਚ, ਅਤੇ ਉਹ ਮੈਂ ਕਿਹਾ ਹੁਣ ਜਾਂਦਿਆਂ ਕਰਾ ਜਾਵਾਂ। ਰਸ਼ ਦੇਖ ਲਓ ਇੱਥੇ ਕਿੰਨਾ ਹੁੰਦਾ, ਮੈਂ ਇਹ ਨਹੀਂ ਕਹਿੰਦਾ ਕਿ ਸਾਡੇ ਰੋਡ 'ਤੇ ਬਹੁਤ ਜ਼ਿਆਦਾ ਟਾਈਮ ਲੱਗਦਾ। ਉਹਨੂੰ ਮੈਂ ਦੋਸਤ ਨੂੰ ਘਰ ਲਾ ਵੈਸੇ, ਅਤੇ ਰਾਣਾ ਮੈਨੂੰ ਬੂਹੇ 'ਚ ਟੱਕਰ ਗਿਆ, ਕਿੰਗ ਆਫ ਗੇੜਾ, ਅੱਜ ਨੂੰ ਮੈਂ ਰੰਗੇ ਉੱਥੋਂ ਫੜ ਲਿਆ। ਨਿਆਣਾ ਬਿਮਾਰ ਹੋਇਆ, ਉਹਨੂੰ ਲੈ ਕੇ ਡਾਕਟਰ ਕੋਲ ਆਇਆ। ਚਲੋ ਇੱਥੇ ਨੂੰ ਹੁਣ ਜਾਂਦਿਆਂ ਮੈਂ ਨਾਲ ਲੈ ਕੇ ਜਾਂਦਾ, ਅੱਜ ਜਾ ਕੇ ਬੜਾ ਹੁਕਾ ਖਿੱਚਦੇ ਹਾਂ। ਇੱਥੇ ਬੈਠਿਆਂ ਬੈਠਿਆਂ ਡਿਸਾਈਡ ਇਹ ਹੋਇਆ ਕਿ ਮੌਸਮ ਹੋਇਆ ਵਾਹਵਾ ਪਿਆਰਾ, ਅਤੇ ਮੈਂ ਰਾਣੇ ਨੂੰ ਕਿਹਾ ਕੱਢ ਮੋਟਰਸਾਈਕਲ, ਅਤੇ ਇੱਕ ਹੋਰ ਬਾਈ ਆ ਗਏ ਆਪਣੇ ਮਹਿਲ ਬਾਈ, ਠੀਕ ਹੋ ਮਾਨੀ ਭਾਈ? ਸਾਡੇ ਬਹੁਤ ਪੁਰਾਣੇ ਤਿਲਕ ਵਾਲੇ ਜਾਣਨ ਵਾਲੇ ਵਲੌਗ, ਮਾਨੀ ਭਾਈ ਨਾਲ ਵੀ ਅਸੀਂ ਹੁੱਕੇ ਦੇ ਕੱਛ ਮਾਰੀ ਦੇ ਹੁੰਦੇ, ਹੁਣ ਸਾਨੂੰ ਇਹ ਵੀ ਨਹੀਂ ਲੱਭਦੇ। ਮਾਨੀ ਵੀ ਸੁਣਾਓ, ਟਾਈਮ ਲਿਆ ਚੱਲੀਏ, ਠੀਕ ਹੋ ਗਿਆ? ਚੱਲੇ ਸੀ ਉੱਧਰ ਮੇਰੇ ਵਾਲੀ, ਹਾਂ ਦੇਖਿਆ ਸਾਈਆਂ ਨੇ ਕੱਛੇ ਪੁਆਏ, ਮੌਸਮ ਹੋਇਆ ਸੋਹਣਾ, ਮੈਂ ਕਿਹਾ ਆਇਓ ਚੱਲੀਏ, ਅੱਜ ਚੱਲ ਕੇ ਹੁੱਕਾ ਪੀਂਦੇ ਹਾਂ। ਹੁੱਕੇ ਤੋਂ ਬਾਅਦ ਫਿਰ ਅੱਜ ਮੈਂ ਪਾਣੀ ਛਾਣੀ ਵੀ ਲਾਉਣਾ ਇੱਟਾਂ ਨੂੰ, ਕੱਲ੍ਹ ਨੂੰ ਆ ਜਾਣੇ ਮਿਸਤਰੀ, ਕੱਲ੍ਹ ਵਾਲੇ ਤਾਂ ਪੱਕੀ ਗੱਲ ਆ ਜਾਣਗੇ ਕਿਉਂਕਿ ਹੁਣ ਨਵਿਆਂ ਨੂੰ ਗਿਆ। ਅੱਜ ਤਾਂ ਕੋਈ ਮੋਹਰਾਂ ਦੀ ਗੜਨਾ, ਰਾਣਾ ਰਾਣੇ ਨੇ ਆਪਣਾ ਹੋਂਡਾ ਕੱਢ ਲਿਆ ਹੈ ਰਾਣਾ, ਇਹ ਅੱਜ ਜਾਣ ਕਿੱਧਰੋਂ ਨਿਕਲਿਆ? ਕੀ ਹਾਲ ਬਈ? ਠੀਕ ਹੋਰ ਸਿਹਤ ਵੀ ਠੀਕ ਹੈ? ਸੁਣਾਓ ਕੰਮ ਕਾਜ ਠੀਕ ਜਾ ਰਿਹਾ? ਅੱਲਾ ਬਾਤ ਕਰਾਂ, ਸੋਹਣਾ ਸੀਤਾ ਹੀ ਸੂਟ, ਸੋਹਣਾ ਸੀਤਾ ਹੀ ਸੂਟ, ਹਾਂ ਪੱਕਾ ਹੋ ਗਿਆ ਹੁਣ? ਨਹੀਂ ਮੇਰੀ ਐਡੀ ਕੋਈ ਚੁਆਇਸ ਨਹੀਂ ਹੁੰਦੀ, ਪਰ ਫਿਰ ਵੀ ਉਹਨਾਂ ਨੇ ਸੋਹਣਾ ਸੀਤਾ ਹੀ ਸੂਟ, ਹਾਂ ਹੋਰ ਕਮੀ ਪੇਸ਼ੀ ਹੋਈ ਕੁਛ ਵੀ ਨਹੀਂ ਬਾਈ, ਬਿਲਕੁਲ ਸਹੀ ਸੀ। ਠੀਕ ਅੱਜ ਤਾਂ ਈਦ ਦਾ ਚੰਦ ਹੀ ਹੋ ਗਿਆ, ਰਾਣੇ ਨੇ ਹੁੰਡਾ ਹੀ ਕੱਢ ਲਿਆ ਆਪਣਾ, ਯਕੀਨ ਨਾ ਕਰਾਂ ਉਹ ਕਿੱਥੇ ਜਾ ਰਹੀ ਟੁੱਟੀ ਜੀ ਕਾਢਦਾ ਹੁੰਦਾ, ਚੱਲ ਚੱਲੀਏ। ਡਵਾਈਸ ਤਾਂ ਨਹੀਂ ਚੇਂਜ ਕਰਨੀ, ਸਾਡੇ ਕੋਲ ਚੇਂਜ ਹੁੰਦੀ ਆ ਡਵਾਈਸ, ਜਾਂਦੇ ਜਾਂਦੇ ਮੈਂ ਕਿਹਾ ਯਾਰ ਕੰਢੇਰੀਆਂ ਲੈ ਲਈਏ, ਚਲੋ ਬਹਿ ਕੇ ਬੰਦਾ ਆ ਰਿਹਾ ਲੱਗਾ ਰਹਿੰਦਾ। ਰਾਣਾ ਕਹਿੰਦਾ ਸਾਡਾ ਫਿਲਟਰ ਨਹੀਂ ਲੱਗਣ ਦਿਆ, ਰਾਣੇ ਨੇ ਪੈਸੇ ਦਿੱਤੇ ਹੀ ਬੋਤਲ ਲਿਆ, ਮੈਂ ਕੰਢੇਰੀਆਂ ਚੁੱਕ ਲਿਆ ਆਇਆ, ਮੁੰਡਾ ਲੱਗਾ ਹੀ ਉਹ ਆ ਰਹੇ ਹੈ, ਪਾਣੀ ਲਾਉਂਦੇ ਹਾਂ ਹੋਇਆ, ਹਜੇ ਮੈਂ ਵੀ ਲਾਉਣਾ ਪਾਣੀ ਪਿੱਛੇ ਇੱਟਾਂ ਨੂੰ ਜਾ ਕੇ। ਰਾਣੇ ਦਾ ਪਾਪਾ ਕਿਹੜਾ ਨਾ ਦੋਵਾਂ ਜੋ ਯਾਰ ਇਹਨੇ ਇੱਕ ਮੀਮ ਬਣਦੇ ਨਾ ਵੀਡੀਓ ਮੋਲੀ ਆ, ਪਤਾ ਨਾ ਪਤਾ ਨਹੀਂ ਮੈਂ ਤਾਂ ਨਹੀਂ ਦੇਖਿਆ।
ਮੈਂ ਮੀਮ ਵੇਖਦਾ ਹੀ ਨੀਗਾ। ਉਹ ਦੋ ਮੁੰਡੇ ਹੁੰਦੇ ਕਾਲੇ ਛੋਟੇ ਛੋਟੇ ਡੇਗ, ਕੁੜੀ ਹੁੰਦੀ ਕੁੜੀ ਬੁੱਢੀ ਆ ਮੋਟੀ ਚੰਗੀ, ਤਾਏ ਦੀ ਸਿਹਤ ਤਾਏ ਤੋਂ ਜ਼ਿਆਦਾ ਹੀ ਮਿਲਿਆ ਪਾਣਾ। ਉਹ ਉਹਦੀ ਬੁੱਢੀ ਉਹਦੇ ਜਿੱਡੀ ਹੁੰਦੀ ਆਪ ਕਾਇਮ ਹੋ ਜਾਂਦਾ। ਮੈਂ ਦੇਖਿਆ ਨਾ ਕਲਿੱਪ ਵਾਲੀ, ਨਹੀਂ ਦੇਖੀ ਵੀਡੀਓ, ਦੇਖੀ ਤਾਂ ਹੱਸਿਆ ਜੀ ਉਹਦੇ, ਮੈਂ ਕਿਤੇ ਦੇਖੀ ਆ ਵੀਡੀਓ ਤੇ ਗੋਨਾ ਉਹ ਵੇਖੀ ਆ। ਹੈਂ ਜ਼ੈਨਬ ਕੇ ਪਾਪਾ ਉਹੀ ਤੀ ਗੱਲ ਕਰਨ ਆਇਆ ਵਾਂ। ਜ਼ੈਨਬ ਦਾ ਪਾਪਾ ਛੱਡੋ, ਜ਼ੈਨਬ ਦੀ ਮਾਮਾ ਲੱਭੋ ਤੇ ਚੱਲੀਏ। ਅਸੀਂ ਜਿੰਨੀਆਂ ਵੈਬ ਸੀਰੀਜ਼ਾਂ ਫਿਲਮਾਂ ਡਰਾਮੇ ਜਿਹੜੀ ਵੀ ਸ਼ੈਅ ਲੈਣੀ ਹੁੰਦੀ ਨਾ ਇਹਨੂੰ ਦੱਸ ਦੇਈਦਾ ਨੋਨੀ ਨੂੰ, ਇਹਨੂੰ ਇਹਨੂੰ ਲਿੰਕ ਸੈਂਡ, ਆਪਣਾ ਲਿੰਕ ਨਹੀਂ ਜਾਂ ਨਾਮ ਦੱਸ ਦੇਈਦਾ ਵਾ, ਜਾਂ ਫਿਰ ਇਹਨੂੰ ਆਪਣਾ ਜਿੱਥੇ ਕਿਤੇ ਯੂਟਿਊਬ 'ਤੇ ਸਾਨੂੰ ਕੋਈ ਨਜ਼ਰ ਆ ਜਾਂਦੀ ਹੈ ਫਿਲਮ ਉਹਦਾ ਸਕਰੀਨਸ਼ੋਟ ਲੈ ਕੇ ਸੈਂਡ ਕਰ ਦਿੰਦਾ, ਯਾਰ ਇਹ ਡਾਊਨਲੋਡ ਕਰ ਲਈ, ਇਹ ਪਤਾ ਨਹੀਂ ਕਿਹੜੀਆਂ ਕਿਹੜੀਆਂ ਵੈਬਸਾਈਟਾਂ ਉੱਥੋਂ ਲੱਭ ਕੇ ਡਾਊਨਲੋਡ ਕਰ ਲੈਂਦਾ। ਹੁੱਕਾ ਲਾਉਣ ਲੱਗੇ ਸੀਗੇ, ਚਿਲਮ ਛਿਲਮ ਕੱਢ ਕੇ ਰੱਖੀ, ਸ਼ੀਸ਼ਾ ਸ਼ੀਸ਼ਾ ਧੋ ਕੇ ਉਹ ਨੁੱਕਰ 'ਚ ਰੱਖਤਾ, ਅੱਲਾ ਦੀ ਮਿਹਰਬਾਨੀ ਨਾਲ ਕੋਲੇ ਮੁੱਕੇ ਆ, ਮੈਂ ਕਦੀ ਲਾਇਆ ਹੀ ਨਹੀਂ। ਰਾਣੇ ਹੁਣੀ ਆਉਂਦੇ ਆ ਅਤੇ ਫਿਰ ਹੀ ਲੱਗਦਾ ਉਹਨੇ ਤਾਂ ਇੱਦਾਂ ਹੀ ਪਿਆ ਰਹਿੰਦਾ, ਉਹ ਮੈਨੂੰ ਪਤਾ ਹੀ ਨਹੀਂ ਸੀਗਾ ਕੋਲੇ ਮੁੱਕ ਗਏ, ਭੇਜਿਆ ਹੁੰਦਾ ਉਹਨੂੰ ਗਿਆ ਲੈਣ ਕੋਲੇ, ਤੁਹਾਨੂੰ ਚਲਾ ਗਿਆ ਵਾ ਕੋਲੇ ਲੈਣ। ਮੌਸਮ ਵੈਸੇ ਹੀ ਆਪਣਾ ਬਾਰਿਸ਼ ਵਾਲਾ ਹੋਇਆ ਵਾ, ਅਤੇ ਬਾਰਿਸ਼ ਵਾਲੇ ਮੌਸਮ ਦਾ ਮਤਲਬ ਇਹ ਆ ਕਿ ਮੈਨੂੰ ਫਿਰ ਹੁਣ ਪਾਣੀ ਨਹੀਂ ਲਾਉਣਾ ਪੈਣਾ, ਨਹੀਂ ਤਾਂ ਹਿੱਟਾਂ ਨੂੰ ਪਾਣੀ ਲਾਉਣਾ ਪੈਣਾ ਸੀਗਾ। ਹਾਂਜੀ ਕੀ ਹਾਲ ਹੈ ਉਸਤਾਦ ਹੁਣੀ, ਅੱਜ ਕਿੱਥੇ ਰਿਹਾ ਸਾਰੀ ਦਿਹਾੜੀ? ਹੈਂ ਕਿੱਥੇ ਗਿਆ ਸੀ? ਮੰਡੀ ਚਲਾ ਗਿਆ ਸੀ, ਅੱਜ ਅੱਜ ਚੋਰੀ ਮੰਡੀ ਹੋ ਕੇ ਆਇਆ, ਅੱਗੇ ਪਿਛਲੇ ਦਿਨਾਂ 'ਚ ਮੈਂ ਜਾਂਦਾ ਰਿਹਾ। ਚੱਲ ਆਪਣਾ ਮੌਸਮ ਹੋਇਆ ਠੀਕ ਆ, ਸੋਹਣਾ ਵਾ, ਬਾਰਿਸ਼ ਹੋ ਜਾਣੀ ਆ, ਪਾਣੀ ਆਪੇ ਲੱਗ ਜਾਣਾ ਇੱਟਾਂ ਨੂੰ, ਮੇਰੇ ਹਿਸਾਬ ਨਾਲ ਅੱਜ ਵਾਸਤੇ ਇੰਨਾ ਹੀ ਬਹੁਤ ਆ। ਅਤੇ ਜੇ ਅਗਰ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਕਰ ਲਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਸ਼ੇਅਰ ਕਰ ਦਿਓ ਆਪਣੇ ਕਿਸੇ ਨਾ ਕਿਸੇ ਦੋਸਤ ਨਾਲ, ਅਤੇ ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਮੈਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼। ਵਾਲ ਯਾਰ ਖਰਾਬ ਹੋ ਗਏ ਵੀਡੀਓ, ਮੈਨੂੰ ਕਟਾਉਣੇ ਪੈਣੇ, ਪਿੱਛੇ ਸਾਈਡਾਂ ਸਾਈਡਾਂ ਸਾਰੀਆਂ ਨਾ ਬਾਹਰ ਨੂੰ ਆ ਗਈਆਂ।